ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ 3 ਸਾਲ ਦੀ ਸਜ਼ਾ ਦੀ ਮੰਗ ਕਰ ਦਿੱਤੀ ਹੈ, ਪਰ ਪੰਜਾਬ ਸਰਕਾਰ ਵੀ ਇਸ 'ਤੇ ਅੱਡੋ ਫੜ ਦਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਦੇ ਪੱਖ ਵਿੱਚ ਆਣ ਖੜੇ ਹੋਏ ਨੇ। ਸਿੱਧੂ ਸਾਹਿਬ ਦਾ ਜਿਹੜਾ ਮਸਲਾ ਹੈ ਉਹ ਸਭ ਜੁਡਿਸ ਹੈ, ਉਹ ਸੁਪਰੀਮ ਕੋਰਟ ਦੇ ਜ਼ੇਰੇ ਗੌਰ ਹੈ। ਸਭ ਜੁਡਿਸ ਮਸਲੇ 'ਤੇ ਕੋਈ ਇੱਕ ਮੰਤਰੀ ਪੰਜਾਬ ਦਾ ਟਿੱਪਣੀ ਕਰੇ ਉਹਨੂੰ ਜ਼ੇਬ ਨਹੀਂ ਦਿੰਦਾ, ਪਰ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਸਿੱਧੂ ਸਾਹਿਬ ਨਿਰਦੋਸ਼ ਹੈ। ਟ੍ਰਾਇਲ ਕੋਰਟ ਦੇ ਵਿੱਚ ਸਿੱਧੂ ਸਾਹਿਬ ਨੂੰ ਨਿਰਦੋਸ਼ ਪਾਇਆ ਗਿਆ, ਹਾਈ ਕੋਰਟ ਨੇ ਗਲਤੀ ਕੀਤੀ, ਹਾਈ ਕੋਰਟ ਨੇ ਗਲਤ ਫੈਸਲਾ ਲਿਆ ਜਿਹੜਾ ਕਿ ਸੁਪਰੀਮ ਕੋਰਟ ਦਰੁਸਤ ਕਰ ਦੂਗਾ। ਮੈਂ ਹਾਈ ਕੋਰਟ ਦੀ ਤਨਕੀਦ ਨਹੀਂ ਕਰ ਰਿਹਾ, ਪਰ ਹਾਈ ਕੋਰਟ ਰੋਜ਼, ਕਿਉਂਕਿ ਹਾਈ ਕੋਰਟ ਐਵੀਡੈਂਸ ਦਾ ਕੋਰਟ ਨਹੀਂ ਹੁੰਦਾ, ਐਵੀਡੈਂਸ ਜਿਹੜੀ ਹੈ ਟ੍ਰਾਇਲ ਕੋਰਟ ਕੋਲ ਸੀਗੀ। ਜੱਜਮੈਂਟ ਦੀ ਐਰਰ ਹੋਈ ਹੈ, ਸਿੱਧੂ ਸਾਹਿਬ ਸੁਰਖਰੂ ਹੋ ਕੇ ਨਿਕਲਣਗੇ, ਸ਼ੇਰੇ ਮਰਦ ਆਦਮੀ ਹੈ ਔਰ ਪਰਮਾਤਮਾ ਨੇ ਐਸੀ ਤਕਦੀਰ ਬਖਸ਼ੀ ਹੈ ਸਿੱਧੂ ਸਾਹਿਬ ਨੂੰ ਕਿ ਕਿਤੇ ਨਾਮੋਸ਼ੀ ਜਾਂ ਹਾਰ ਜਿਹੜੀ ਹੈ ਉਹਨਾਂ ਦਾ ਮੁਕੱਦਰ ਨਹੀਂ ਬਣੀ। ਸੁਪਰੀਮ ਕੋਰਟ 'ਚ ਵੀ ਪਰਮਾਤਮਾ ਨੇ ਚਾਹਿਆ ਸੁਰਖਰੂ ਹੋ ਕੇ ਨਿਕਲਣਗੇ। ਕੁਝ ਅਜਿਹਾ ਹੀ ਹਾਲ ਕਾਂਗਰਸ ਪਾਰਟੀ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਦਾ ਵੀ ਹੈ। ਉਹਨਾਂ ਦਾ ਵੀ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਬਿਲਕੁਲ ਬੇਕਸੂਰ ਨੇ। ਕਾਂਗਰਸ ਪਾਰਟੀ ਮੰਨਦੀ ਹੈ ਕਿ ਨਵਜੋਤ ਸਿੰਘ ਸਿੱਧੂ ਬੇਕਸੂਰ ਹੈ, ਨਵਜੋਤ ਸਿੰਘ ਸਿੱਧੂ ਦੇਸ਼ ਭਗਤ ਹੈ, ਨਵਜੋਤ ਸਿੰਘ ਸਿੱਧੂ ਕਾਤਲ ਨਹੀਂ ਹੋ ਸਕਦਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਸੁਪਰੀਮ ਕੋਰਟ 'ਚੋਂ ਇਨਸਾਫ ਮਿਲੇ। ਰਾਜ ਕੁਮਾਰ ਵੇਰਕਾ ਨੇ ਨਵਜੋਤ ਸਿੰਘ ਸਿੱਧੂ ਨੂੰ ਇਸ ਮਸਲੇ ਦੇ ਵਿੱਚ ਸਿਰਫ ਬੇਕਸੂਰ ਹੀ ਨਹੀਂ ਦੱਸਿਆ, ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੀ ਹੈ। ਇੱਦਾਂ ਦੀ ਨਹੀਂ ਹੈ ਕਿ ਸਰਕਾਰ ਦਾ ਕੋਈ ਰਵੱਈਆ ਨਵਜੋਤ ਸਿੱਧੂ ਦੇ ਖਿਲਾਫ ਹੈ, ਪਾਰਟੀ ਸਿੱਧੂ ਦੇ ਨਾਲ ਖੜੀ ਹੈ, ਸਰਕਾਰ ਸਿੱਧੂ ਦੇ ਨਾਲ ਖੜੀ ਹੈ ਔਰ ਸਿੱਧੂ ਸਾਡੀ ਪਾਰਟੀ ਦੇ ਲੀਡਰ ਹੈ। ਪਰ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣਾ ਸਟੈਂਡ ਕੋਰਟ ਦੇ ਵਿੱਚ ਨਹੀਂ ਬਦਲ ਸਕਦੀ ਸੀ, ਉਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਰੀ ਤਾਂ ਪੰਜਾਬ ਸਰਕਾਰ ਨੇ, ਬਾਦਲ ਸਰਕਾਰ ਨੇ ਆਪਣਾ ਸਟੈਂਡ ਬਦਲ ਲਿਆ ਸੀ, ਫਿਰ ਨਵਜੋਤ ਸਿੰਘ ਸਿੱਧੂ ਵਾਰੀ ਕੈਪਟਨ ਸਰਕਾਰ ਨੇ ਆਪਣਾ ਸਟੈਂਡ ਕਿਉਂ ਨਹੀਂ ਬਦਲਿਆ? ਨਵਜੋਤ ਕੇ ਕੇਸ ਮੇਂ ਬੋਲ ਦਿਆ ਕਿ ਹਮ ਆਪਣਾ ਸਟੈਂਡ ਜੋ 30 ਸਾਲ ਕਾ ਹੈ ਉਸਕੋ ਬਦਲ ਨਹੀਂ ਸਕਤੀ ਪੰਜਾਬ ਕੀ ਸਰਕਾਰ। ਲੇਕਿਨ ਜੋ ਉਨਕੇ ਖਿਲਾਫ ਦੋ ਬੜੇ ਮੁਕਦਮੇ ਹੈ, ਲੁਧਿਆਣਾ ਸਿਟੀ ਸੈਂਟਰ ਔਰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ, ਉਸਮੇ ਤੋ ਵਿਜੀਲੈਂਸ ਬਿਊਰੋ ਨੇ ਆਪਣਾ ਸਟੈਂਡ ਬਦਲ ਲਿਆ ਹੈ। ਪਹਿਲੇ ਅਮਰਿੰਦਰ ਸਿੰਘ ਗੁਨਾਹਗਾਰ ਥੇ, ਅਬ ਅਮਰਿੰਦਰ ਸਿੰਘ ਬੇਗੁਨਾਹ ਹੈ। ਭਾਵੇਂ ਕਿ ਨਵਜੋਤ ਸਿੰਘ ਸਿੱਧੂ 1988 ਦੇ ਰੋਡ ਰੇਜ ਮਾਮਲੇ ਦੇ ਵਿੱਚ ਕਸੂਤੇ ਫਸੇ ਹੋਏ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਦਾ ਸਾਥ ਉਹਨਾਂ ਦੀ ਆਪਣੀ ਪੰਜਾਬ ਸਰਕਾਰ ਛੱਡ ਚੁੱਕੀ ਹੈ, ਪਰ ਸਭ ਦੇ ਵਿੱਚ ਪੰਜਾਬ ਸਰਕਾਰ ਵੀ ਆਪਸ ਵਿੱਚ ਵੰਡੀ ਦਿਖਾਈ ਦੇ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਸਾਫ਼ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਅਸੀਂ ਕੋਈ ਵੀ ਹੋਰ ਸਟੈਂਡ ਨਹੀਂ ਸੀ ਲੈ ਸਕਦੇ, ਇਸੇ ਕਰਕੇ ਨਵਜੋਤ ਸਿੰਘ ਸਿੱਧੂ ਲਈ ਸਜ਼ਾ ਦੀ ਮੰਗ ਕੀਤੀ ਗਈ ਹੈ। 3 ਸਾਲ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਜੋ ਕਿ ਪਹਿਲਾਂ ਸਰਕਾਰ ਦਾ ਸਟੈਂਡ ਸੀ, ਪਰ ਇੱਥੇ ਮਨਪ੍ਰੀਤ ਸਿੰਘ ਬਾਦਲ ਨੇ ਸਿੱਧੇ ਸਿੱਧੇ ਤੌਰ 'ਤੇ ਕਹਿ ਦਿੱਤਾ ਹੈ, ਉਹਨਾਂ ਨੇ ਤਾਂ ਹਾਈ ਕੋਰਟ ਦੇ ਫੈਸਲੇ ਨੂੰ ਸਿੱਧੀ ਤਰ੍ਹਾਂ ਗਲਤੀ ਠਹਿਰਾ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨਿਰਦੋਸ਼ ਹੈ ਅਤੇ ਨਿਰਦੋਸ਼ ਸਾਬਤ ਹੋ ਕੇ ਹੀ ਉਹ ਕੋਰਟ ਦੇ ਵਿੱਚੋਂ ਬਾਹਰ ਨਿਕਲੇਗਾ, ਪਰ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ, ਪੰਜਾਬ ਸਰਕਾਰ 3 ਸਾਲ ਦੀ ਸਜ਼ਾ ਦੀ ਮੰਗ ਕਰਦੀ ਹੈ ਅਤੇ ਦੂਜੇ ਪਾਸੇ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੇਕਸੂਰ ਦੱਸਦੇ ਨੇ। ਇਹਨਾਂ ਰਾਜ ਕੁਮਾਰ ਵੇਰਕਾ ਨੇ ਤਾਂ ਇੱਕ ਵਾਰ ਫਿਰ ਤੋਂ ਆਪਣੇ ਬਿਆਨ ਤੋਂ ਜ਼ਾਹਿਰ ਕਰ ਦਿੱਤਾ ਹੈ ਕਿ ਉਹਨਾਂ ਦੇ ਬਿਆਨ ਵਿੱਚ ਕੋਈ ਵੀ ਦਮ ਨਹੀਂ ਹੁੰਦਾ, ਕਿਉਂਕਿ ਸਰਕਾਰ ਇੱਕ ਪਾਸੇ 3 ਸਾਲ ਦੀ ਸਜ਼ਾ ਦੀ ਮੰਗ ਕਰ ਰਹੀ ਹੈ ਅਤੇ ਦੂਜੇ ਪਾਸੇ ਉਹ ਬਾਹਰ ਆ ਕੇ ਕਹਿ ਰਹੇ ਨੇ ਕਿ ਸਰਕਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੀ ਹੈ। ਜੇਕਰ ਨਾਲ ਖੜੀ ਹੈ ਤਾਂ ਫਿਰ ਆਪਣੇ ਮੰਤਰੀ ਨੂੰ ਸਜ਼ਾ ਦਿਵਾਉਣ 'ਤੇ ਇਹ ਸਰਕਾਰ
ਕਿਉਂ ਤੁਲੀ ਹੋਈ ਹੈ। ਪਰ ਇਹ ਸਾਰੇ ਸਿਆਸੀ ਦ੍ਰਿਸ਼ ਨੂੰ ਲੈ ਕੇ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਮਨਪ੍ਰੀਤ ਸਿੰਘ ਬਾਦਲ ਵੀ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਅਤੇ ਨਵਜੋਤ ਸਿੰਘ ਸਿੱਧੂ ਦਾ ਪੱਖ ਪੂਰ ਰਹੇ ਨੇ। ਇਸ ਬਾਰੇ ਤੁਹਾਡੀ ਕੀ ਰਾਏ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ, ਬੇਬਾਕ ਹੋ ਕੇ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਦਾ ਪੰਜਾਬ ਟੀ ਵੀ ਤੋਂ ਨਿਰਪੱਖ ਤਰੀਕੇ ਦੇ ਨਾਲ ਪੰਜਾਬ ਦੀ ਹਰ ਖਬਰ ਨੂੰ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਦ ਪੰਜਾਬ ਟੀ ਵੀ ਨਾਂ ਦਾ ਪੇਜ ਵੀ ਹੈ, ਉਸ ਪੇਜ ਨੂੰ ਲਾਈਕ ਕਰ ਲਓ। ਨਵਜੋਤ ਸਿੰਘ ਸਿੱਧੂ 'ਤੇ ਹਮਲਾ ਕਰਨ ਦਾ ਮੌਕਾ ਹੋਵੇ ਅਤੇ ਬਿਕਰਮ ਸਿੰਘ ਮਜੀਠੀਆ ਖੁੰਝ ਜਾਣ, ਇਹ ਕਿਵੇਂ ਹੋ ਸਕਦਾ ਹੈ? ਬਿਕਰਮ ਸਿੰਘ ਮਜੀਠੀਆ ਨੇ ਵੀ ਨਵਜੋਤ ਸਿੰਘ ਸਿੱਧੂ 'ਤੇ ਕਾਫੀ ਹਮਲੇ ਕੀਤੇ ਨੇ, ਕਿਵੇਂ ਦੇ ਉਹ ਹਮਲੇ ਨੇ ਤੁਸੀਂ ਦੇਖੋ ਪੂਰੀ ਵੀਡੀਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ। ਮੈਂ ਹੁਣ ਆ ਜਾ ਉਹ ਜਿਹੜਾ ਦੂਜਾ ਜਿਹਦਾ ਨਾ ਘਰ ਨਾ ਬਾਤ ਨਾ ਪਤਾ ਨਾ ਲੱਤਾ, ਉਹਨੇ ਕਹਿੰਦਾ ਮੇਰੀ ਪਿੱਠ 'ਚ ਛੁਰਾ ਮਾਰਿਆ। ਮੈਂ ਵੀ ਸਮਝਿਆ ਏਡਾ ਸਿਧਰਾ ਪੱਧਰਾ ਤਾਂ ਹੈ ਨਹੀਂ। ਬੰਟੀ ਬਬਲੀ ਦੀ ਗੱਲ ਕਰਦਾ ਮੈਂ, ਦੋਵਿਆਂ ਦੀ ਜਿਹੜੇ ਮਾਂ ਠੱਗ ਸੀ ਉਹਨਾਂ ਨੂੰ ਠੱਗ ਦੀ ਕਾਂਗਰਸ ਪਾਰਟੀ ਲੱਗਦਾ। ਕਹਿੰਦਾ ਮੇਰੀ ਪਿੱਠ 'ਚ ਛੁਰਾ ਮਾਰਿਆ। ਮੈਂ ਕਿਹਾ ਦੱਸ ਦੇ ਤੇਰਾ ਸੌਦਾ ਕੀ ਹੋਇਆ ਸੀ ਜਿਹੜੀ ਤੇਰੀ ਪਿੱਠ 'ਤੇ ਛੁਰਾ ਮਾਰਿਆ? ਤੁਸੀਂ ਹੈਰਾਨ ਹੋ ਜਾਓਗੇ ਕਾਂਗਰਸ ਦੇ ਕਾਨੂੰਨ 'ਤੇ ਕਿ ਕਾਲਾ ਹਿਰਨ ਮਰੇ ਤੇ ਭਰਾਵੋ 5 ਸਾਲ ਦੀ ਕੈਦ ਸਲਮਾਨ ਖਾਨ ਨੂੰ ਲੱਗਦੀ ਹੈ। ਬਿਸ਼ਨੋਈ ਭਾਈਚਾਰਾ ਕਹਿੰਦਾ ਕਿ 5 ਸਾਲ ਘੱਟ ਹੈ ਕਾਲੇ ਹਿਰਨ ਨੂੰ ਮਾਰਨ ਦੀ, ਇਹ ਵਧਣੀ ਚਾਹੀਦੀ। ਤੇ ਪੰਜਾਬ ਕਾਂਗਰਸ ਦੇ ਅਸੂਲ ਵੇਖ ਲਓ। ਅੱਜ ਮੈਂ ਰਾਹੁਲ ਗਾਂਧੀ ਨੂੰ ਪੁੱਛਦਾ ਕਿ ਕਾਲੇ ਹਿਰਨ ਨੂੰ ਮਾਰਨ ਦੀ 5 ਸਾਲ ਦੀ ਸਜ਼ਾ ਤੇ ਤੁਹਾਡਾ ਮੰਤਰੀ ਇੱਕ ਬਜ਼ੁਰਗ ਨੂੰ, 65 ਸਾਲ ਦੇ ਬਜ਼ੁਰਗ ਨੂੰ ਜਿਹੜਾ ਕਮਾ ਕੇ ਆਪਣੇ ਨਿਆਣੇ ਸਾਂਭਦਾ ਸੀ ਉਹਨੂੰ ਮਾਰਤਾ ਤੁਹਾਡੇ ਵਜ਼ੀਰ ਨੇ? ਤੇ ਤੁਹਾਡੀ ਦਿੱਲੀ 'ਚ ਸਰਕਾਰ ਜਾ ਕੇ ਸੁਪਰੀਮ ਕੋਰਟ 'ਚ ਕੀ ਕਹਿੰਦੀ ਹੈ ਕਿ ਇਹਨੂੰ 3 ਸਾਲ ਦੀ ਸਜ਼ਾ ਹੋਣੀ ਚਾਹੀਦੀ? ਇਹ ਕੋਈ ਖਾਸ ਕਾਨੂੰਨ ਹੈ ਕਿ ਮੰਤਰੀ ਬੰਦਾ ਮਾਰੇ ਤੇ ਸਜ਼ਾ ਹਿਰਨ ਮਾਰਨ ਨਾਲੋਂ ਘੱਟ ਹੋਣੀ ਚਾਹੀਦੀ? ਤੁਹਾਡੇ ਵੱਲੋਂ ਰੱਬ ਨਾ ਕਰੇ ਕਦੇ ਤੁਸੀਂ ਪਾ ਕੇ ਪਤਾ ਕਰ ਲਓ ਕਿਸੇ ਬੰਦੇ ਤੋਂ ਬੰਦਾ ਮਰ ਜਾਏ ਤੇ ਕਹਿੰਦੇ ਜੀ ਉਮਰ ਕੈਦ ਜਾਂ ਸਜ਼ਾਏ ਮੌਤ ਹੋਣੀ ਚਾਹੀਦੀ। ਤੇ ਮੈਂ ਕਿਹਾ ਸਿੱਧੂ ਦੇ ਕੋਈ ਖਾਸ ਖੰਭ ਲੱਗੇ ਕਿ ਜਿਹੜਾ ਇਹ ਬੰਦਾ ਮਾਰੇ ਤੇ ਪੰਜਾਬ ਦੇ ਬੰਦੇ ਦਾ, ਸਧਾਰਨ ਇਨਸਾਨ ਦਾ, ਉਹ ਵੀ ਕਿਸੇ ਦਾ ਪਿਓ ਸੀ, ਉਹਦੀ ਵੀ ਬੇਟੀਆਂ ਸੀ, ਉਹ ਵੀ ਕਿਸੇ ਦਾ ਭਰਾ ਸੀ, ਉਹ ਵੀ ਕਿਸੇ ਦਾ ਪੁੱਤ ਸੀ, ਅੱਜ ਉਹਦੇ ਲਈ ਇਨਸਾਫ ਨਹੀਂ ਮਿਲਦੀ? ਇਹਨਾਂ ਦੇ ਮਾੜੀ ਜੀ ਫਿੰਸੀ ਹੋ ਜਾਏ ਨਾ ਕਿਸੇ ਵਜ਼ੀਰ ਦੇ ਤੇ ਹੈਲੀਕਾਪਟਰ ਦਿੱਲੀ ਘਲਾ ਦਿੰਦੇ ਆ, 30-30 ਲੱਖ ਦਾ ਉੱਥੋਂ ਵਕੀਲ ਜਾਂ ਡਾਕਟਰ ਲੈ ਕੇ ਆਉਂਦੇ ਆ ਕਿ ਸਾਡਾ ਫਲਾਣੇ ਨਾਲ ਸਰਕਾਰ ਦਾ ਚੀਫ ਸੈਕਟਰੀ ਲੱਥ ਚੱਲਿਆ, ਇਹਦਾ ਕੇਸ ਲੜੋ, ਜਾਂ ਫਲਾਣੀ ਫੁੰਸੀ ਹੋ ਗਈ ਆ ਇਹ ਡਾਕਟਰ ਲਿਆਓ। ਤੇ ਉਹ ਵਿਚਾਰਾ ਜਿਹੜਾ ਪੰਜਾਬ ਦਾ ਇੱਕ ਬਜ਼ੁਰਗ ਕਮਾਈ ਕਰਕੇ ਆਪਦੇ ਪਰਿਵਾਰ ਨੂੰ ਪਾਲਦਾ ਸੀ, ਉਹਦੇ ਲਈ ਸਭ ਤੋਂ ਛੋਟਾ ਉਮਰ ਦਾ ਵਕੀਲ ਪੇਸ਼ ਕੀਤਾ। ਇਹਨਾਂ ਦੀ ਲਿਸਟ 'ਚ ਜਿਹੜੀ AG ਆਫਿਸ ਦੀ ਬਣੀ ਆ ਉਹ ਸਭ ਤੋਂ A4 ਕੈਟੇਗਰੀ, A1 ਕੈਟੇਗਰੀ ਨਹੀਂ, A2 ਕੈਟੇਗਰੀ ਨਹੀਂ, A3 ਕੈਟੇਗਰੀ ਨਹੀਂ, 4th ਨੰਬਰ 'ਤੇ ਜਿਹੜੀ ਕੈਟੇਗਰੀ ਆਪ ਹੀ ਬਣਾਈ ਸੀ ਉਹਦੇ 20ਵੇਂ ਨੰਬਰ 'ਤੇ ਜਿਹੜਾ ਵਕੀਲ ਸੀ ਉਹ ਪੇਸ਼ ਕੀਤਾ। ਤੇ ਸਿੱਧੂ ਕਹਿੰਦਾ ਮੇਰੀ ਪਿੱਠ 'ਤੇ ਛੁਰਾ ਮਾਰਿਆ। ਮੈਂ ਸਮਝਦਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ ਕਿ ਜਿਹੜੀ ਸਜ਼ਾਏ ਜਿੱਥੇ ਉਮਰ ਕੈਦ ਹੋਣੀ ਚਾਹੀਦੀ ਸੀ। ਉਹ 302 ਪਰਿਵਾਰ ਕੀ ਮੰਗਦਾ ਕਿ 30 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ, ਸਧਾਰਨ ਜੱਟ ਪਰਿਵਾਰ ਲੜਦਾ ਲੜਦਾ ਸੁਪਰੀਮ ਕੋਰਟ ਪਹੁੰਚ ਗਿਆ।
ਕਿ ਉਹਨੂੰ ਇਨਸਾਫ ਦਿਉਣ ਦੀ ਜਗ੍ਹਾ ਇਹ ਗੱਲਾਂ ਹੋਰ ਕਰਦੇ। ਅੱਜ ਮੈਂ ਰਾਹੁਲ ਗਾਂਧੀ ਨੂੰ ਪੁੱਛਦਾ, ਤੂੰ ਕਥੂਏ ਕਿ ਜੋ ਮਾੜਾ ਹਾਦਸਾ ਹੋਇਆ ਤੁਸੀਂ ਦਿੱਲੀ 'ਚ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਧਰਨਾ ਦਿੱਤਾ, ਠੀਕ ਧਰਨਾ ਦਿੱਤਾ, ਦੇਣਾ ਵੀ ਚਾਹੀਦਾ ਸੀ ਜੇ ਕੋਈ ਬੇਇਨਸਾਫੀ ਹੋਈ। ਅੱਜ ਮੈਂ ਪੁੱਛਦਾ ਰਾਹੁਲ ਗਾਂਧੀ ਜੀ ਤੁਹਾਨੂੰ ਕਿ ਦੋਹਰੇ ਕਾਨੂੰਨ ਨੇ ਕਿ ਸਾਡੇ ਦੇਸ਼ 'ਚ ਕਿ ਦੋਹਰੇ ਮਾਪਦੰਡ ਨੇ ਸਾਡੇ ਦੇਸ਼ 'ਚ, ਤੁਹਾਡਾ ਵਜ਼ੀਰ ਬੰਦਾ ਮਾਰਦੇ ਕਿਸੇ ਦੇ ਬਜ਼ੁਰਗ ਨੂੰ ਮਾਰਦੇ, ਕਿਸੇ ਬੇਟੀ ਦੇ ਪਿਓ ਨੂੰ ਮਾਰਦੇ, ਤੇ ਉਹਦੇ ਲਈ ਤੁਸੀਂ ਕਹਿੰਦੇ ਹੋ 3 ਸਾਲ ਸਜ਼ਾ, ਉਹਨੂੰ ਕਿਉਂ ਨਹੀਂ ਅੱਜ ਤੱਕ ਤੁਸੀਂ ਬਰਖਾਸਤ ਕੀਤਾ? ਭਾਜਪਾ ਦੇ ਵਜ਼ੀਰਾਂ ਨੇ ਜੇ ਕੋਈ ਗਲਤੀ ਕੀਤੀ ਸੀ ਉਹ ਸਾਰੇ ਬਰਖਾਸਤ ਕਰਤੇ ਮੋਦੀ ਸਾਹਿਬ ਨੇ। ਅੱਜ ਰਾਹੁਲ ਗਾਂਧੀ ਜੀ, ਪੰਜਾਬ ਦੇ ਲੋਕ ਇਹ ਮੰਗ ਰੱਖਦੇ ਆ ਕਿ ਉਹੀ ਰੀੜ੍ਹ ਦੀ ਹੱਡੀ ਵਿਖਾ, ਉਹ ਹਿੰਮਤ ਵਿਖਾ, ਇਸ ਵਜ਼ੀਰ ਨੂੰ ਚੱਲਦਾ ਕਰ, ਨਹੀਂ ਤਾਂ ਪਹਿਲੀ ਵਾਰੀ ਹੋਣਾ ਕਿ ਸਰਕਾਰ ਕਵੇ ਵਜ਼ੀਰ ਮੁਜਰਮ ਹੈ, ਮਗਰ ਵਜ਼ੀਰ ਵਿੱਚ ਬਹਿ ਕੇ ਲੋਕਾਂ ਦੇ ਫੈਸਲੇ ਕਰੂ। ਇਹੋ ਜਿਹਾ ਮੋਰਲੀ, ਐਥਿਕਲੀ, ਲੀਗਲੀ ਕਦੇ ਇਹੋ ਜਿਹਾ ਭੰਬਲ ਪੂਛਾ ਵੀ ਮੌਜੂਦਾ ਸਰਕਾਰ 'ਚ ਨਹੀਂ ਪਿਆ ਆਪਣਾ। ਅਤੇ ਮੈਂ ਮਹਿਸੂਸ ਕਰਦਾ ਸੀ ਗੁਰੂ ਸਾਹਿਬ ਦਾ ਕਹਿੰਦੇ ਬੰਦੇ ਦੇ ਕਿਰਦਾਰ 'ਚ ਜ਼ਬਾਨ ਹੋਣੀ ਚਾਹੀਦੀ। ਮੈਂ ਕਿਹਾ ਜਿਹੜਾ ਕਹਿੰਦਾ ਸੀ ਕਿ ਕਾਂਗਰਸ ਮੁੰਨੀ ਨਾਲੋਂ ਵੱਧ ਬਦਨਾਮ ਹੈ ਅਤੇ ਸ਼ੀਲਾ ਨਾਲੋਂ ਵੱਧ ਨਿਲਾਮ ਹੈ, ਅਤੇ ਜਿਹੜਾ ਰਾਹੁਲ ਗਾਂਧੀ ਨੂੰ ਪੱਪੂ ਕਹਿੰਦਾ ਸੀ, ਡਾਕਟਰ ਮਨਮੋਹਨ ਸਿੰਘ ਬਾਰੇ ਮਾੜੀ ਸ਼ਬਦਾਵਲੀ ਵਰਤਦਾ ਸੀ, ਇਹ ਹੁਣ ਸਮਝ ਆਈ ਕਿੱਥੇ ਕੇਸ ਤੋਂ ਬਚਣਾ ਚਾਹੁੰਦਾ ਸੀ, ਤਦੇ ਉਹ ਪੱਪੂ ਹੋ ਗਿਆ ਰਾਹੁਲ ਗਾਂਧੀ, ਸੋਨੀਆ ਗਾਂਧੀ ਮੁੰਨੀ ਤੋਂ ਹੋ ਗਈ ਮੰਮੀ। ਮੈਂ ਕਿਹਾ ਇਹਦੇ ਬਾਰੇ ਦਾ ਕੀ ਪਤਾ ਮੌਕਾ ਪ੍ਰਸਤ ਬੰਦੇ ਦਾ, ਇਹ ਤਾਂ ਮੈਂ ਕਿਹਾ ਪਹਿਲਾਂ ਕਹਿੰਦਾ ਸੀ ਕਿ ਇਹ ਮਿੱਟੀ ਦਾ ਡਲਾ ਰੁੜਦਾ ਰੁੜਦਾ ਗੁਲਾਬਾਂ ਦੀ ਕਿਆਰੀ 'ਚ ਮੋਦੀ ਸਾਹਿਬ ਦੀ 'ਤੇ ਆ ਗਿਆ ਸੀ। ਮੈਂ ਕਿਹਾ ਹੁਣ ਇਹ ਮਿੱਟੀ ਦਾ ਡਲਾ ਰੁੜਦਾ ਰੁੜਦਾ ਉੱਥੇ ਸੋਨੀਆ ਗਾਂਧੀ ਦੀ ਗੁਲਾਬਾਂ ਦੀ ਕਿਆਰੀ 'ਚ ਚਲੇ ਗਿਆ। ਮੈਂ ਕਿਹਾ ਤਾਂ ਜਾਨ ਬਚਾਉਣ ਨੂੰ ਗਿਆ ਸੀ, ਇਹਨੂੰ ਲੋਕਾਂ ਨਾਲ ਕੋਈ ਦਰਦ ਨਹੀਂ, ਲੋਕਾਂ ਨਾਲ ਕੋਈ ਹਮਦਰਦੀ ਨਹੀਂ। ਬਾਦਲ ਸਾਹਿਬ ਐਵੇਂ ਲੜਾਈ ਰੌਲਾ ਤੁਹਾਡਾ ਪਾਉਂਦਾ ਸੀ, ਜਾਨ ਆਪਣੀ ਬਚਾਉਂਦਾ ਸੀ। ਮੈਂ ਵੀ ਕਹਾਂ ਕਿ ਪਤਾ ਨਹੀਂ ਕਿਹੜੇ ਵਹਿਦ ਤੋਂ ਸਿੱਧੂ ਸਾਹਿਬ ਇਹ ਜ਼ਮੀਰ ਮਾਰਨ ਦੀ ਦਵਾਈ ਤੁਸੀਂ ਲਿਆਏ ਹੋ, ਇਹ ਬਾਕੀ ਕਾਂਗਰਸੀਆਂ ਨੂੰ ਵੀ ਦੇ ਦਿਓ। ਕਿਉਂਕਿ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ 84 ਦੇ ਦੰਗਿਆਂ 'ਤੇ ਕਾਤਲ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ, ਅੱਜ 30 ਸਾਲ ਹੋ ਗਏ, ਰਾਹੁਲ ਗਾਂਧੀ ਨੇ ਇਹ ਨਹੀਂ ਆਖਿਆ ਕਿ ਇਹਨਾਂ ਨੂੰ ਟੰਗ ਦਿਓ। ਇਹਨਾਂ ਨੇ 3000 ਬੇਕਸੂਰ ਸਿੱਖਾਂ ਦਾ, ਮਜ਼ਲੂਮਾਂ ਦਾ, ਬੱਚੀਆਂ ਦਾ, ਭੈਣਾਂ ਦਾ ਕਤਲੇਆਮ ਕੀਤਾ, ਉਹਨਾਂ ਨੂੰ ਕੋਈ ਸਜ਼ਾ ਨਹੀਂ। ਹਿਰਨ ਮਾਰਨ ਵਾਲੇ ਨੂੰ 5 ਸਾਲ ਸਜ਼ਾ, ਅਤੇ ਦੂਜਾ ਕਾਂਗਰਸ ਦਾ ਵਜ਼ੀਰ ਕਿਸੇ ਦੇ ਸੁਹਾਗ ਨੂੰ ਜਾੜ ਦੇਵੇ, ਕਿਸੇ ਦੇ ਪਿਓ ਨੂੰ ਮਾਰ ਦੇਵੇ, ਅਤੇ ਕਾਂਗਰਸੀ ਕਹਿੰਦੇ 3 ਸਾਲ ਬੜੀ ਹੈ। ਮੇਰੇ ਵੀਰੋ, ਇੱਟ ਨਾਲ ਇੱਟ ਖੜਕਾ ਦਿਆਂਗੇ, ਪੰਜਾਬ ਦੇ ਹਰ ਵਰਗ ਦਾ ਇਨਸਾਫ ਲੈ ਕੇ ਰਵਾਂਗੇ, ਇਸ ਮੌਜੂਦਾ ਕਾਂਗਰਸ ਪਾਰਟੀ ਨੂੰ ਮਜਬੂਰ ਕਰਕੇ ਰਵਾਂਗੇ, ਅਤੇ ਇਹ ਹੱਕ ਗੱਲ ਕਹਿ ਕੇ ਹਟਾਂਗੇ ਕਿ ਸਾਡਾ ਹੱਕ ਇੱਥੇ ਰੱਖ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਵਾ ਕੇ ਹਟਾਂਗੇ, ਨਹੀਂ ਤਾਂ ਕਾਂਗਰਸ ਦੇ ਮੰਤਰੀਆਂ ਨੂੰ
ਸੜਕਾਂ 'ਤੇ ਨਹੀਂ ਚੜ੍ਹਨ ਦੇਵਾਂਗੇ।